ਹੈਲੋ एवरीवन ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰਜੀ ਤੇ ਹਾਂਜੀ ਸਾਥਿਓ ਅੱਜ ਦੀ ਇਹ ਕਲਾਸ ਵਾਰਡ ਅਟੈਂਡਡ ਦੀ ਤਿਆਰੀ ਕਰੇ ਸਾਥਿਆਂ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਸਾਬਿਤ ਹੋਣ ਵਾਲੀ ਹੈ ਕਿਉਂਕਿ ਇਸ ਕਲਾਸ ਵਿੱਚ ਆਪਾਂ ਸਾਇੰਸ ਦੇ ਕੁਝ ਹਾਈ ਲੈਵਲ ਦੇ ਪ੍ਰਸ਼ਨ ਕਰਾਂਗੇ ਇਹ ਹੀ ਪ੍ਰਸ਼ਨ ਤੁਹਾਨੂੰ ਬਾਕੀ ਸਟੂਡੈਂਟ ਤੋਂ ਅਲੱਗ ਕਰਨਗੇ ਕਿਉਂਕਿ ਇਸੇ ਤਰ੍ਹਾਂ ਦੇ ਪ੍ਰਸ਼ਨ ਨੂੰ ਬਹੁਤ ਸਾਰੇ ਸਟੂਡੈਂਟ ਐਗਜ਼ਾਮ ਵਿੱਚ ਛੱਡ ਕੇ ਆ ਜਾਂਦੇ ਨੇ ਇਸ ਲਈ ਆਪਾਂ ਨੂੰ ਇਹ ਪ੍ਰਸ਼ਨ ਹੀ ਉਹਨਾਂ ਤੋਂ ਅਲੱਗ ਕਰਨਗੇ ਇਹ ਸਾਰੇ ਪ੍ਰਸ਼ਨ 8ਵੀਂ ਕਲਾਸ ਦੇ ਹੀ ਸਾਇੰਸ ਵਿੱਚੋਂ ਲਏ ਗਏ ਨੇ ਇਹ ਨਹੀਂ ਕਿ ਤੁਸੀਂ থাম্বਨੇਲ 'ਚ ਵੇਖ ਰਹੇ ਹੋ ਹਾਈ ਲੈਵਲ ਲਿਖਿਆ ਹੈ ਤਾਂ ਇਹ 10ਵੀਂ 12ਵੀਂ ਕਲਾਸ ਦੇ ਪ੍ਰਸ਼ਨ ਹੋਣਗੇ ਨਹੀਂ ਜੀ ਇਹ 8ਵੀਂ ਕਲਾਸ ਦੇ ਹੀ ਪ੍ਰਸ਼ਨ ਨੇ ਤੇ ਪੰਜਾਬ ਦੇ ਐਗਜ਼ਾਮ ਵਿੱਚ ਬਹੁਤ ਵਾਰ ਇਹ ਕੁਐਸਚਨ ਪੁੱਛੇ ਜਾ ਚੁੱਕੇ ਨੇ ਇਸ ਲਈ ਆਪਾਂ ਇਹ ਵੀਡੀਓ ਧਿਆਨ ਨਾਲ ਤੇ ਪੂਰੀ ਵੇਖਣੀ ਹੈ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਇਸ ਦਾ ਫਰਸਟ ਪਾਰਟ ਰੇਨ ਵਾਲਾ ਜੀ ਜਲਦੀ ਆਪਾਂ ਸਾਇੰਸ ਦੇ ਹਾਈ ਲੈਵਲ ਕੁਸ਼ਨ ਦੀ ਸੈਕੰਡ ਵੀਡੀਓ ਵੀ ਲੈ ਕੇ ਆਵਾਂਗੇ ਹਾਂਜੀ ਸਟਾਰਟ ਕਰਦੇ ਹਾਂ ਅੱਜ ਦੀ ਇਸ ਕਲਾਸ ਨੂੰ ਹਾਂਜੀ ਸਟਾਰਟ ਕਰਦੇ ਹਾਂ ਫਰਸਟ ਕੁਸ਼ਨ ਆਪਣਾ ਦਿੱਤਾ ਹੋਇਆ ਹੈ ਹੇਟ ਲਿਕੀਆਂ ਵਿੱਚੋਂ ਕਿਹੜਾ ਜੰਤੂ ਸੈੱਲ ਵਿੱਚ ਮੌਜੂਦ ਨਹੀਂ ਹੁੰਦਾ ਆਪਣੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਹਾਂਜੀ ਇਸ ਕਲਾਸ ਵਿੱਚ ਆਪਾਂ ਜਿਆਦਾ ਟਾਈਮ ਵੇਸਟ ਨਹੀਂ ਕਰਾਂਗੇ ਸਿੱਧਾ ਕੁਸ਼ਨ ਦਾ ਆਨਸਰ ਦੱਸਾਂਗੇ ਤਾਂ ਕੁਐਸਚਨ ਦਿੱਤਾ ਸੀ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਜੰਤੂ ਸੈੱਲ ਵਿੱਚ ਮੌਜੂਦ ਨਹੀਂ ਹੁੰਦਾ ਤਾਂ ਉਹ ਹੁੰਦਾ ਜੀ ਕਲੋਰੋਪਲਾਸਟ ਇਸ ਕੁਐਸਚਨ ਦਾ ਆਪਸ਼ਨ ਨੰਬਰ 1 ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਦਿੱਤਾ ਹੋਇਆ ਜੀ ਸੈੱਲ ਦੇ ਕੇਂਦ੍ਰਕ ਵਿੱਚ ਧਾਗੇ ਵਰਗੀਆਂ ਸਿਰਜਨਾਵਾਂ ਕੀ ਅਖਾਉਂਦੀਆਂ ਨੇ ਮੋਸਟ ਇੰਪੋਰਟੈਂਟ ਕੁਐਸਚਨ ਹੈਗਾ ਜੀ ਤਾਂ ਉਸ ਨੂੰ ਕਿਹਾ ਜਾਂਦਾ ਹੈ ਗੁਣਸੂਤਰ ਆਪਸ਼ਨ ਨੰਬਰ 1 ਹੀ ਆਪਣਾ ਇਸ ਕੁਐਸਚਨ ਦਾ ਕਰੈਕਟ ਹੋ ਜਾਂਦਾ ਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਕੁਐਸਚਨ ਨੰਬਰ 3 ਆਪਣਾ ਦਿੱਤਾ ਜੀ ਪੈਰਾਮੀਸ਼ਮ ਕਿਵੇਂ ਗਤੀ ਕਰ ਤਾਂ ਇਹ ਗਤੀ ਕਰਦਨੇ ਜੀ ਸਿੱਲਿਆਂ ਰਾਹੀ অপਸ਼ਨ ਨੰਬਰ ਬੀ ਇਸ ਦਾ ਕਰੈਕਟ ਹੋ ਜਾਂਦਾ ਹੈ ਜੀ ਨੈਕਸਟ ਕੁਐਸ਼ਨ ਵੱਲ ਚੱਲਦੇ ਆਂ ਕੁਐਸ਼ਨ ਨੰਬਰ 4 ਆਪਣਾ ਦਿੱਤਾ ਹੋਇਆ ਹੈ ਪੌਦਿਆਂ ਦੇ ਪੱਤਿਆਂ ਦਾ ਹਰਾ ਰੰਗ ਹੇਠ ਲਿਖਿਆਂ ਵਿੱਚੋਂ ਕਿਸ ਕਾਰਨ ਹੁੰਦਾ ਹੈ ਚਾਰ অপਸ਼ਨ ਦਿੱਤੇ ਨੇ ਤਾਂ ਇਸ ਕੁਐਸ਼ਨ ਦਾ ਆਪਣਾ ਕਰੈਕਟ ਆਨਸਰ ਹੋ ਜਾਂਦਾ ਜੀ অপਸ਼ਨ ਨੰਬਰ ਫਸਟ ਕਲੋਰੋਫਿਲ ਹਾਂਜੀ ਪੌਦਿਆਂ ਦਾ ਹਰਾ ਰੰਗ ਕਲੋਰੋਫਿਲ ਕਾਰਨ ਹੁੰਦਾ ਹੈ ਜੀ ਨੈਕਸਟ ਕੁਐਸ਼ਨ ਵੱਲ ਚੱਲਦੇ ਆਂ ਕਵੈਸਚਨ ਨੰਬਰ 5 ਦਿੱਤਾ ਜੀ 나ੜੀ ਸੈੱਲ ਦਾ ਕੀ ਕੰਮ ਹੁੰਦਾ ਜੀ ਮੋਸਟ ਇੰਪੋਰਟੈਂਟ ਕਵੈਸਚਨ ਹੈਗਾ 나ੜੀ ਸੈੱਲ ਦਾ ਕੰਮ ਹੁੰਦਾ ਜੀ ਸੰਦੇਸ਼ ਨੂੰ ਪ੍ਰਾਪਤ ਕਰਕੇ ਸੰਤਾਂਤਰਿਤ ਕਰਨਾ ਆਪਸ਼ਨ ਨੰਬਰ ਸੀ ਇਸ ਕਵੈਸਚਨ ਦਾ ਕਰੈਕਟ ਹੋ ਜਾਂਦਾ ਜੀ 나ੜੀ ਸੈੱਲ ਦਾ ਕੀ ਕੰਮ ਹੁੰਦਾ ਹੈ ਸੰਦੇਸ਼ ਨੂੰ ਪ੍ਰਾਪਤ ਕਰਕੇ ਸੰਤਾਂਤਰਿਤ ਕਰਨਾ ਨੈਕਸਟ ਕਵੈਸਚਨ ਵੱਲ ਚੱਲਦੇ ਹਾਂ ਕਵੈਸਚਨ ਨੰਬਰ 6 ਦਿੱਤਾ ਜੀ ਕੇਂਦਰਕ ਅਤੇ ਸੈੱਲ ਛੇਲੀ ਦੇ ਵਿਚਕਾਰ ਜੈਲੀ ਵਰਗੇ ਪਦਾਰਥ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਇਹ ਕਵੈਸਚਨ ਵੀ ਮੋਸਟ ਇੰਪੋਰਟੈਂਟ ਹੈਗਾ ਜੀ ਇਸ ਨੂੰ ਕਿਹਾ ਜਾਂਦਾ ਜੀ ਸਾਈਟੋਪਲਾਜ਼ਮ অপশন নাম্বার বি ਆਪਣਾ கரெક્ટ ਹੋ ਜਾਂਦਾ ਜੀ ਨੈਕਸਟ ਕੁਐਸਚਨ ਵੱਲ ਚਲਦੇ ਆਂ ਕੁਐਸਚਨ নাম্বার 7 ਆਪਣਾ ਦਿੱਤਾ ਜੀ ਹੇਟ ਲਿਖਿਆਂ ਵਿੱਚੋਂ ਪੌਦਾ ਸੈੱਲ ਪ੍ਰਕਾਸ਼ ਸੰਸ਼ਲੇਸ਼ਨ ਲਈ ਕਿਹੜਾ ਨਿਕੜਾ ਅੰਗ ਵਰਤਦਾ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੈਗਾ ਜੀ ਤਾਂ ਇਸ ਕੁਐਸਚਨ ਦਾ கரெક્ટ ਆਨਸਰ ਹੋ ਜਾਂਦਾ ਹੈ অপশন ਨੰਬਰ ਸੀ ক্লোਰੋਪਲਾਸਟ ਹਾਂਜੀ ਪੌਦਾ ਜਿਹੜਾ ਪ੍ਰਕਾਸ਼ ਸੰਸ਼ਲੇਸ਼ਨ ਲਈ ਕਿਹੜਾ ਨਿਕੜਾ ਅੰਗ ਵਰਤਦਾ ਹੈ ਤਾਂ ਉਹ ਹੁੰਦਾ ਜੀ ক্লোਰੋਪਲਾਸਟ ਨੈਕਸਟ ਕੁਐਸਚਨ ਵੱਲ ਚਲਦੇ ਆਂ ਕੁਐਸਚਨ ਨੰਬਰ 8 ਆਪਣਾ ਦਿੱਤਾ ਜੀ ਅੰਡੇ ਦੇ ਵਿਚਕਾਰ ਪਿੱਲੇ ਭਾਗ ਨੂੰ ਕੀ ਕਿਹਾ ਜਾਂਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਜੀ ਯੋਕ ਆਪਸ਼ਨ ਨੰਬਰ ਬੀ ਇਸ ਕੁਸ਼ਚਨ ਦਾ ਕਰੈਕਟ ਹੋ ਜਾਂਦਾ ਜੀ ਨੈਕਸਟ ਕੁਸ਼ਚਨ ਵੱਲ ਚਲਦੇ ਹਾਂ ਜੀ ਨੈਕਸਟ ਕੁਸ਼ਚਨ ਤਾਂ ਇਹ ਦਿੱਤੇ ਚਿੱਤਰ ਨੂੰ ਤੁਸੀਂ ਕੀ ਕਹੋਗੇ ਹਾਂਜੀ ਆ ਚਿੱਤਰ ਦਿੱਤਾ ਜੀ ਚਾਰ ਆਪਸ਼ਨ ਨੇ ਆਪਣੇ ਕੋਲ ਅਮੀਬਾ ਪੈਰਾਮੀਸ਼ੀਅਮ ਨਾੜੀ ਸੈੱਲ ਤੇ ਲਹੂ ਸੈੱਲ ਤਾਂ ਇਸ ਨੂੰ ਕਿਹਾ ਜਾਂਦਾ ਜੀ ਨਾੜੀ ਸੈੱਲ ਹਾਂਜੀ ਇਹ ਜਿਹੜਾ ਚਿੱਤਰ ਦਿੱਤਾ ਹੈ ਇਹ ਨਾੜੀ ਸੈੱਲ ਦਾ ਚਿੱਤਰ ਦਿੱਤਾ ਹੋਇਆ ਜੀ ਆਪਸ਼ਨ ਨੰਬਰ ਸੀ ਆਪਣਾ ਕਰੈਕਟ ਹੋ ਜਾਂਦਾ ਹੈ ਨੈਕਸਟ ਕੁਸ਼ਚਨ ਵੱਲ ਚਲਦੇ ਹਾਂ ਅੰਜੀ ਆਪਣਾ ਨੈਕਸਟ ਕੁਐਸਚਨ ਦਿੱਤਾ ਹੈ ਜੀ ਅੰਬੀਬਾ ਦੀ ਅਕਿਰਤੀ ਵਿੱਚ ਇਸ ਦੇ ਮੁੱਖ ਸਰੀਰ ਤੋਂ ਬਾਹਰ ਪਿੰਪਿਨ ਲੰਬਾਈਆਂ ਦੇ ਉਬਾਰ ਨੂੰ ਕਿਸ ਨਾਮ ਨਾਲ ਅੰਕਿਤ ਕਰੋਗੇ ਤਾਂ ਇਸ ਕੁਐਸਚਨ ਦਾ ਕਰੈਕਟ ਆਨਸਰ ਹੋ ਜਾਂਦਾ ਜੀ অপਸ਼ਨ ਨੰਬਰ 1 ਸਿਓਡੋਪੋਡਆ ਸਿਓਡੋਪੋਡਆ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਕੁਐਸਚਨ ਨੰਬਰ 11 ਆਪਣਾ ਦਿੱਤਾ ਹੈ ਜੀ ਸੈੱਲ ਦੇ ਹੇਟਾਂ ਦੇਤੇ ਕੁਝ ਭਾਗਾਂ ਵਿੱਚੋਂ ਪੌਦਾ ਸੈੱਲ ਜੰਤੂ ਸੈੱਲ ਬੈਕਟੀਰੀਆ ਸੈੱਲ ਵਿੱਚ ਪਾਏ ਜਾਣ ਵਾਲੇ ਸਾਂਝੇ ਭਾਗ ਦਾ ਨਾਮ ਸਾਂਝੇ ਇਹਨਾਂ ਵਿੱਚੋਂ ਆਪਾਂ ਸਾਂਝਾ ਭਾਗ ਦੱਸਣਾ ਹੈ ਜਿਹੜਾ ਪੌਦਾ ਸੈੱਲ, ਜੰਤੂ ਸੈੱਲ ਤੇ ਬੈਕਟੀਰੀਆ ਸੈੱਲ ਵਿੱਚ ਪਾਇਆ ਜਾਂਦਾ ਹੈ ਤਾਂ ਇਸ ਕੁਐਸਚਨ ਦਾ ਕਰੈਕਟ ਆਨਸਰ ਹੋ ਜਾਂਦਾ ਜੀ অপਸ਼ਨ ਨੰਬਰ 1 ਆਪਣਾ ਕਲੋਰੋਪਲਾਸਟ ਹਾਂਜੀ ਕਲੋਰੋਪਲਾਸਟ ਜਿਹੜਾ ਹੈਗਾ ਪੌਦਾ ਸੈੱਲ, ਜੰਤੂ ਸੈੱਲ ਤੇ ਬੈਕਟੀਰੀਆ ਸੈੱਲ ਇਹਨਾਂ ਤਿੰਨਾਂ ਵਿੱਚ ਪਾਇਆ ਜਾਂਦਾ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਕੁਐਸਚਨ ਨੰਬਰ 12 ਆਪਣਾ ਦਿੱਤਾ ਹੋਇਆ ਜੀ ਸੈੱਲ ਵਿੱਚ ਗੁਣਸੂਤਰ ਕਿੱਥੇ ਪਾਏ ਜਾਂਦੇ ਹਨ ਮੋਸਟ ਇੰਪੋਰਟੈਂਟ ਕੁ ਸੈੱਲ ਵਿੱਚ ਗੁਣਸੂਤਰ ਕਿੱਥੇ ਪਾਏ ਜਾਂਦੇ ਹਨ ਤਾਂ ਇਹ ਪਾਏ ਜਾਂਦੇ ਨੇ ਜੀ ਕੇਂਦਰਕ ਵਿੱਚ ਆਪਸ਼ਨ ਨੰਬਰ ਬੀ ਇਸ ਦਾ ਕਰੈਕਟ ਹੋ ਜਾਂਦਾ ਹੈ ਨੈਕਸਟ ਕੁਐਸ਼ਨ ਵੱਲ ਚੱਲਦੇ ਹਾਂ ਕੁਐਸ਼ਨ ਨੰਬਰ 13 ਦਿੱਤਾ ਜੀ ਇੱਕ ਸੈੱਲੀ ਜੀਵਾੰਦੀਆਂ ਉਦਾਹਰਨਾਂ ਦੱਸੋ ਤਾਂ ਇਹਨਾਂ ਵਿੱਚੋਂ ਆਪਾਂ ਉਦਾਹਰਨ ਦੱਸਣੀ ਹੈ ਇੱਕ ਸੈੱਲੀ ਜੀਵ ਦੀ ਤਾਂ ਆਪਸ਼ਨ ਦਿੱਤੇ ਨੇ ਜੀ ਅਮੀਬਾ ਪੈਰਾਮੀਸ਼ੀਅਮ ਤੇ ਯੂਗਲਿਨਾ ਤੇ ਇਹ ਤਿੰਨੋਂ ਜਿਹੜੇ ਇੱਕ ਸੈੱੱਲੀ ਜੀਵ ਦੀ ਉਦਾਹਰਨ ਹੈ ਇਸ ਕੁਐਸ਼ਨ ਲਈ ਇਸ ਕੁਐਸ਼ਨ ਦਾ ਆਪਸ਼ਨ ਨੰਬਰ ਡੀ ਜਿਹੜਾ ਕਰੈਕਟ ਹੋ ਜਾਂਦਾ ਜੀ ਨੈਕਸਟ ਕੁਐਸ਼ਨ ਵੱਲ ਚੱਲਦੇ ਹਾਂ ਕਵੈਸਚਨ ਨੰਬਰ 14 ਦਿੱਤਾ ਹੈ ਜੀ ক্লোਰੋਪਲਾਸਟ ਕਿਸ ਪ੍ਰਕਾਰ ਦੇ ਸੈੱਲਾਂ ਵਿੱਚ ਪਾਏ ਜਾਂਦੇ ਹਨ ਤਾਂ ਇਸ ਕਵੈਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਂਦਾ ਹੈ ਉਹ ਹੈਗਾ ਜੀ অপਸ਼ਨ ਨੰਬਰ B ਪੌਦਾ ਸੈੱਲ ਹਾਂਜੀ ক্লোਰੋਪਲਾਸਟ ਜਿਹੜਾ ਕਿਸ ਪ੍ਰਕਾਰ ਦੇ ਸੈੱਲਾਂ ਵਿੱਚ ਪਾਏ ਜਾਂਦੇ ਨੇ ਤਾਂ ਉਹ ਪੌਦਾ ਸੈੱਲ ਵਿੱਚ ਪਾਏ ਜਾਂਦੇ ਨੇ ਨੈਕਸਟ ਕਵੈਸਚਨ ਵੱਲ ਚੱਲਦੇ ਹਾਂ ਕਵੈਸਚਨ ਨੰਬਰ 15 ਦਿੱਤਾ ਹੋਇਆ ਜੀ ਪੌਦਾ ਸੈੱਲ ਅਤੇ ਜੰਤੂ ਸੈੱਲ ਵਿੱਚ ਮੁੱਖ ਅੰਤਰ ਦੱਸੋ ਮੋਸਟ ਇੰਪੋਰਟੈਂਟ ਕਵੈਸਚਨ ਹੈਗਾ ਜੀ ਪੌਦਾ ਸੈੱਲ ਅਤੇ ਜੰਤੂ ਸੈੱਲ ਵਿੱਚ ਆਪਾਂ ਮੁੱਖ ਅੰਤਰ ਦੱਸਣਾ ਹੈ ਤਾਂ ਇਸ ਕੁਐਸਚਨ ਦਾ ਆਪਸ਼ਨ ਨੰਬਰ B ਆਪਣਾ ਕਰੈਕਟ ਹੋ ਜਾਂਦਾ ਜੀ ਸੈਲ ਪੀਤੀ ਹਾਂਜੀ ਸੈਲ ਪੀਤੀ ਇਸ ਦਾ ਮੁੱਖ ਅੰਤਰ ਹੈਗਾ ਜੀ ਇਹ ਕੀ ਹੈਗਾ ਜੀ ਪੌਦੇ ਸੈਲ ਵਿੱਚ ਮੌਜੂਦ ਹੁੰਦੀ ਹੈ ਤੇ ਪਰ ਜੰਤੂ ਸੈਲ ਵਿੱਚ ਮੌਜੂਦ ਨਹੀਂ ਹੁੰਦੀ ਇਹ ਤੁਸੀਂ ਯਾਦ ਰੱਖਣਾ ਹੈ ਸੈਲ ਪੀਤੀ ਜਿਹੜੀ ਪੌਦਾ ਸੈਲ ਵਿੱਚ ਮੌਜੂਦ ਹੁੰਦੀ ਹੈ ਤੇ ਜੰਤੂ ਸੈਲ ਵਿੱਚ ਮੌਜੂਦ ਨਹੀਂ ਹੁੰਦੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਕੁਐਸਚਨ ਨੰਬਰ 16 ਆਪਣਾ ਦਿੱਤਾ ਹੋਇਆ ਜੀ ਸੈਲ ਦੇ ਤਿੰਨ ਮੁੱਖ ਭਾਗ ਹਨ ਤਾਂ ਸੈਲ ਦੇ ਤਿੰਨ ਮੁੱਖ ਭਾਗ ਕਿਹੜੇ ਹਨ ਕੇਂਦਰਕ ਸੈਲ ਪੀਤੀ ਤੇ ਸੈੱਲ ਪਦਾਰਥ ਸੌਰੀ ਇਸ ਕੁਐਸਚਨ ਦਾ ਕਰੈਕਟ ਆਨਸਰ ਹੈਗਾ ਜੀ অপਸ਼ਨ ਨੰਬਰ 1 ਕੇਂਦਰਕ ਸੈੱਲ ਚਿਲੀ ਤੇ ਸੈੱਲ ਪਦਾਰਥ ਸੈੱਲ ਦੇ ਤਿੰਨ ਮੁੱਖ பாகੜੇ ਨੇ ਕੇਂਦਰਕ ਸੈੱਲ ਚਿਲੀ ਤੇ ਸੈੱਲ ਪਦਾਰਥ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਕੁਐਸਚਨ ਨੰਬਰ 17 ਆਪਣਾ ਦਿੱਤਾ ਜੀ ਸજીਵਾਂ ਵਿੱਚ આનੁਵੰਸ਼ਿਕ ਗੁਣਾਂ ਦੀ ਇਕਾਈ ਕੀ ਹੈ ਉਸਨੂੰ ਕੀ ਕਿਹਾ ਜਾਂਦਾ ਜੀ ਤਾਂ ਉਸਨੂੰ ਕਿਹਾ ਜਾਂਦਾ ਜੀਨ ਇਸ ਕੁਐਸਚਨ ਦਾ অপਸ਼ਨ ਨੰਬਰ ਡੀ ਆਪਣਾ ਕਰੈਕਟ ਹੋ ਜਾਂਦਾ ਹੈ ਕਵੈਸਚਨ ਨੰਬਰ 18 ਆਪਣਾ ਦਿੱਤਾ ਜੀ ਉਹ ਅਤਾਤ ਜਿਸ ਵਿੱਚ ਚਮਕ ਹੁੰਦੀ ਹੈ ਹਾਂਜੀ ਆਪਾਂ ਉਹ ਅਤਾਤ ਦੱਸਣੀ ਹੈ ਜਿਸ ਵਿੱਚ ਚਮਕ ਹੁੰਦੀ ਹੈ ਤਾਂ ਇਸ ਕੁਐਸਚਨ ਦਾ ਕਰੈਕਟ ਆਨਸਰ ਆਪਸ਼ਨ ਨੰਬਰ ਡੀ ਗਰੇਫਾਈਟ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਕੁਐਸਚਨ ਨੰਬਰ 19 ਮੋਸਟ ਇੰਪੋਰਟੈਂਟ ਹੈਗਾ ਜੀ ਤਾਂਬਾ ਤਾਤ ਦੀ ਵਰਤੋਂ ਆਮ ਤੌਰ ਤੇ ਬਿਜਲੀ ਦੀਆਂ ਤਾਰਾ ਬਣਾਉਣ ਅਤੇ ਖਾਣੇ ਵਾਲੇ ਬਰਤਨ ਬਣਾਉਣ ਵਿੱਚ ਕੀਤੀ ਜਾਂਦੀ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਗੁਣ ਤਾਂਬੇ ਦਾ ਨਹੀਂ ਹੈ ਇਹਨਾਂ ਵਿੱਚੋਂ ਦੱਸਣਾ ਹੈ ਚਾਰ ਆਪਸ਼ਨ ਦਿੱਤੇ ਹੋ ਨੇ ਤਾਂ ਇਹਨਾਂ ਵਿੱਚੋਂ ਜਿਹੜਾ ਤਾਂਬੇ ਦਾ ਗੁਣ ਨਹੀਂ ਹੈਗਾ ਉਹ ਹੈਗਾ ਜੀ ਆਪਸ਼ਨ ਨੰਬਰ ਸੀ ਕਟ ਪਿੰਗਲਾਉ ਦਰਜਾ ਕਟ ਪਿੰਗਲਾਉ ਦਰਜਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਕੁਐਸਚਨ ਨੰਬਰ ਬੀ ਆਪਣਾ ਦਿੱਤਾ ਹੋਇਆ ਜੀ ਹੇਠ ਲਿਖਿਆਂ ਵਿੱਚੋਂ ਸਭ ਤੋਂ ਘੱਟ ਕਿਰਿਆਸੀਲ ਧਾਤ ਕਿਹੜੀ ਹੈ ਤਾਂ ਸਭ ਤੋਂ ਘੱਟ ਕਿਰਿਆਸੀਲ ਧਾਤ ਹੈਗੀ ਜੀ ਪਲੇਟਿਨਮ ਆਪਸ਼ਨ ਨੰਬਰ ਡੀ ਇਸ ਦਾ ਕਰੈਕਟ ਹੋ ਜਾਂਦਾ ਜੀ ਕਿਸ ਅਦਾਤ ਦਾ ਬੈਂਗਣੀ ਰੰਗ ਦਾ ਕੋਲ ਐਂਟੀਬਾਇਓਟਿਕ ਦੇ ਰੂਪ ਵਿੱਚ जख्मਾਂ ਤੇ ਲਗਾਇਆ ਜਾਂਦਾ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੈਗਾ ਜੀ ਤਾਂ ਇਸ ਕੁਐਸਚਨ ਦਾ ਕਰੈਕਟ ਆਨਸਰ ਹੈਗਾ অপਸ਼ਨ ਨੰਬਰ ਬੀ ਆਇਓਡਿਨ ਹਾਂਜੀ ਆਇਓਡਿਨ ਰੰਗ ਦਾ ਕੋਲ ਐਂਟੀਬਾਇਓਟਿਕ ਦੇ ਰੂਪ ਵਿੱਚ जख्मਾਂ ਤੇ ਲਗਾਇਆ ਜਾਂਦਾ ਹੈ ਸੋਡੀਅਮ ਅਤੇ ਪੋਟਾਸ਼ੀਅਮ ਨੂੰ ਕਿਸ ਵਿੱਚ ਸਟੋਰ ਕਰਕੇ ਰੱਖਿਆ ਜਾਂਦਾ ਹੈ ਤਾਂ ਸੋਡੀਅਮ ਤੇ ਪੋਟਾਸ਼ੀਅਮ ਨੂੰ ਕਿਸ ਵਿੱਚ ਸਟੋਰ ਕਰਕੇ ਰੱਖਿਆ ਜਾਂਦਾ ਜੀ ਮਿੱਟੀ ਦੇ ਤੇਲ ਵਿੱਚ ਇਸ ਕੁਐਸਚਨ ਦਾ অপਸ਼ਨ ਨੰਬਰ ਬੀ ਆਪਣਾ ਕਰੈਕਟ ਹੋ ਜਾਂਦਾ ਜੀ ਹੇਟ ਲਿਕਿਆਂ ਵਿੱਚੋਂ ਕਿਹੜੀ ਧਾਤ ਨੂੰ ਪਾਣੀ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੈਗਾ ਜੀ ਤਾਂ ਇਸ ਕੁਐਸਚਨ ਦਾ অপਸ਼ਨ ਨੰਬਰ ਬੀ ਆਪਣਾ ਕਰੈਕਟ ਹੋ ਜਾਂਦਾ ਹੈ ਫਾਸਫੋਰਸ ਫਾਸਫੋਰਸ ਨੂੰ ਜਿਹੜੀ ਧਾਤ ਨੂੰ ਪਾਣੀ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਕੁਐਸਚਨ ਨੰਬਰ 24 ਆਪਣਾ ਦਿੱਤਾ ਹੋਇਆ ਜੀ ਥਰਮਾਮੀਟਰ ਵਿੱਚ ਇੱਕ ਧਾਤ ਭਰੀ ਹੁੰਦੀ ਹੈ ਜੋ ਕਮਰੇ ਦੇ ਤਾਪਮਾਨ ਤੇ ਦਰਵ ਬਵਸਥਾ ਵਿੱਚ ਹੁੰਦੀ ਹੈ ਇਸ ਧਾਤ ਦਾ ਨਾਮ ਕੀ ਹੈਗਾ ਜੀ ਤਾਂ ਇਸ ਦਾ ਧਾਤ ਦਾ ਨਾਮ ਕੀ ਹੈਗਾ ਜੀ ਮਰਕਰੀ অপশন নাম্বার সি ਆਪਣਾ கரெক্ট ਹੋ ਜਾਂਦਾ ਹੈ। नेक्स्ट क्वेश्चन ਵੱਲ ਚਲਦੇ ਆ। ਉਹ ਅਦਾਤ ਜਿਸ ਨੂੰ ਹਵਾ ਵਿੱਚ ਖੁੱਲਾ ਰੱਖ ਦਿੱਤਾ ਜਾਵੇ ਤਾਂ ਉਹ ਜਲਣ ਲੱਗਦੀ ਹੈ। ਮੋਸਟ ਇੰਪੋਰਟੈਂਟ ਕੁਐਸਚਨ ਹੈਗਾ ਜੀ ਤਾਂ ਇਸ ਦਾ கரெক্ট ਆਨਸਰ ਹੈਗਾ ਫਾਸਫੋਰਸ অপশন নাম্বার সি। ਹਾਂਜੀ ਫਾਸਫੋਰਸ ਅਦਾਤ ਨੂੰ ਜੇਕਰ ਆਪਾਂ ਹਵਾ ਵਿੱਚ ਖੁੱਲਾ ਰੱਖ ਦਿੱਤਾ ਜਾਵੇ ਤਾਂ ਉਹ ਜਲਣ ਲੱਗ ਜਾਂਦੀ ਹੈ। नेक्स्ट ਕੁਐਸਚਨ ਵੱਲ ਚਲਦੇ ਆ। ਮੈਗਨੀਸ਼ੀਅਮ ਆਕਸਾਈਡ ਮੈਗਨੀਸ਼ੀਅਮ ਰਿਬਨ ਨੂੰ ਹਵਾ ਵਿੱਚ ਜਲਾ ਕੇ ਪ੍ਰਾਪਤ ਹੁੰਦੀ ਹੈ ਇਸ ਦਾ ਸੁਆਦ ਕਿਹੋ ਜਿਹਾ ਹੁੰਦਾ ਹੈ ਹਾਂਜੀ ਮੈਗਨੀਸ਼ੀਅਮ ਆਕਸਾਈਡ ਮੈਗਨੀਸ਼ੀਅਮ ਰਿਬਨ ਨੂੰ ਹਵਾ ਵਿੱਚ ਜਲਾ ਕੇ ਪ੍ਰਾਪਤ ਕੀਤੀ ਜਾਂਦੀ ਹੈ ਤੇ ਇਸ ਦਾ ਸੁਆਦ ਆਪਾਂ ਦੱਸਣਾ ਹੈ ਕਿਸ ਤਰ੍ਹਾਂ ਦਾ ਹੁੰਦਾ ਹੈ ਤਾਂ ਇਸ ਦਾ ਸੁਆਦ ਜਿਹੜਾ ਹੁੰਦਾ ਹੈ ਉਹ ਹੁੰਦਾ ਜੀ ਖਾਰੀ অপਸ਼ਨ ਨੰਬਰ B ਇਸ ਦਾ ਕਰੈਕਟ ਹੋ ਜਾਂਦਾ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਕੁਐਸਚਨ ਨੰਬਰ 27 ਆਪਣਾ ਦਿੱਤਾ ਜੀ ਰਮਨ ਦੇ ਮਾਤਾ ਜੀ ਪਤੀਲੇ ਦਾ ਹੈਂਡਲ ਟੁੱਟ ਜਾਣ ਕਰਕੇ ਗਰਮ ਪਤੀਲੇ ਨੂੰ ਕੱਪੜੇ ਨਾਲ ਫੜ ਰਹੇ ਹਨ ਕਿਉਂਕਿ ਕਪੜਾ ਤਾਪ ਦਾ ਡੈਸ਼ ਹੈ ਹਾਂਜੀ ਮੋਸਟ ਇੰਪੋਰਟੈਂਟ ਕੁਐਸਚਨ ਹੈਗਾ ਜੀ ਕਿਉਂਕਿ ਕਪੜਾ ਤਾਪ ਦਾ ਕੀ ਹੈਗਾ ਜੀ ਕੁਚਾਲਕ অপਸ਼ਨ ਨੰਬਰ ਬੀ ਇਸ ਦਾ ਕਰੈਕਟ ਹੋ ਜਾਂਦਾ ਹੈ 28 ਨੰਬਰ ਕੁਐਸਚਨ ਹੈਗਾ ਜੀ ਬਿਜਲੀ ਦੇ ਇਸ ਵਿੱਚ ਇੱਕ ਖਾਸ ਪਦਾਰਥ ਦੇ ਬਣੇ ਹੁੰਦੇ ਨੇ ਉਹ ਪਦਾਰਥ ਕਿਹੜਾ ਹੁੰਦਾ ਹੈ ਤਾਂ ਉਹ ਹੁੰਦਾ ਜੀ ਥਰਮੋ ਸੈਟਿੰਗ ਪਲਾਸਟਿਕ ਥਰਮੋ ਸੈਟਿੰਗ ਪਲਾਸਟਿਕ অপਸ਼ਨ ਡੀ ਇਸ ਦਾ ਕਰੈਕਟ ਹੋ ਜਾਂਦਾ ਜੀ ਕਵੈਸਚਨ ਨੰਬਰ 29 ਦਿੱਤਾ ਜੀ ਟੈਰੀਲਿਨ ਕਿਸ ਦੀ ਉਦਾਹਰਣ ਹੈ ਤਾਂ ਇਹ ਕਵੈਸਚਨ ਤੁਹਾਡੇ ਲਈ ਛੱਡ ਦੇਣਾ ਜੀ ਇਸ ਕਵੈਸਚਨ ਦਾ ਆਨਸਰ ਤੁਸੀਂ ਕਮੈਂਟ ਬਾਕਸ ਵਿੱਚ ਕਰਨਾ ਹੈ ਚਾਰ ਆਪਸ਼ਨ ਦਿੱਤੀ ਨੇ ਫਸਟ ਹੈਗਾ ਜੀ ਨਾਈਲੋਨ ਸੈਕੰਡ ਹੈਗਾ ਜੀ ਰਿਯਾਨ ਥਰਡ ਹੈਗਾ ਜੀ ਪੋਲੀਐਸਟਰ ਤੇ ਫੋਰਥ ਹੈਗਾ ਜੀ ਇਹਨਾਂ ਵਿੱਚੋਂ ਕੋਈ ਨਹੀਂ ਇਸ ਕਵੈਸਚਨ ਦਾ ਆਨਸਰ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਹੈ ਤੇ ਨੈਕਸਟ ਵੀਡੀਓ ਵਿੱਚ ਇਸ ਕਵੈਸਚਨ ਦਾ ਆਨਸਰ ਮੈਂ ਤੁਹਾਨੂੰ ਦੱਸ ਦਾਂਗਾ ਨੈਕਸਟ ਕਵੈਸਚਨ ਵੱਲ ਚੱਲਦੇ ਹਾਂ ਜੀ ਕਵੈਸਚਨ ਨੰਬਰ 30 ਆਪਣਾ ਦਿੱਤਾ ਜੀ ਸੈਲੂਲੋਜ਼ ਕਿਹੜੀਆਂ ਛੋਟੀਆਂ-ਛੋਟੀਆਂ ਇਕਾਈਆਂ ਤਾਂ ਇਸ ਕੁਐਸਚਨ ਦਾ ਆਪਣਾ ਕਰੈਕਟ ਆਨਸਰ ਹੋ ਜਾਂਦਾ ਹੈ অপਸ਼ਨ ਨੰਬਰ 1 ਗਲੂਕੋਜ਼ ਹਾਂਜੀ ਸੈਲੂਲੋਜ਼ ਗਲੂਕੋਜ਼ ਦੀਆਂ ਛੋਟੀਆਂ-ਛੋਟੀਆਂ ਇਕਾਈਆਂ ਤੋਂ ਬਣਿਆ ਹੁੰਦਾ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਕੁਐਸਚਨ ਨੰਬਰ 31 ਆਪਣਾ ਦਿੱਤਾ ਜੀ ਉਹ ਕਿਹੜਾ ਜੀਵਾਣੂ ਹੈ ਜੋ ਦੁੱਧ ਤੋਂ ਦਹੀਂ ਬਣਾਉਣ ਵਿੱਚ ਮਦਦ ਕਰਦਾ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੈਗਾ ਜੀ ਤਾਂ ਉਹ ਕਿਹੜਾ ਹੈਗਾ ਜੀ ਲੈਕਟੋਬੈਸੀਲਸ অপਸ਼ਨ ਨੰਬਰ B ਇਸ ਦਾ ਕਰੈਕਟ ਹੋ ਜਾਂਦਾ ਹੈ ਹੇਟ ਲਿਖਿਆਂ ਵਿੱਚੋਂ ਛੂਤ ਦੇ ਰੋਗਾਂ ਦਾ ਆਮ ਵਾਕ ਕਿਹੜਾ ਹੈਗਾ ਇਸ ਕੁਐਸਚਨ ਦਾ ਆਪਸ਼ਨ ਨੰਬਰ B ਆਪਣਾ ਕਰੈਕਟ ਹੋ ਜਾਂਦਾ ਹੈ ਕਰੇਲੂ ਮੱਖੀ ਕੁਐਸਚਨ ਨੰਬਰ 33 ਦਿੱਤਾ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਸੂਖਮ ਜੀਵ ਆਪਣੇ ਮੇਜ਼ਬਾਨ ਜੀਵ ਦੇ ਸੈੱਲਾਂ ਅੰਦਰ ਪਹੁੰਚ ਕੇ ਹੀ ਜਨਨ ਕਿਰਿਆ ਕਰਦਾ ਹੈ ਜੀ ਇਸ ਕੁਐਸਚਨ ਦਾ ਕਰੈਕਟ ਆਂਸਰ ਹੋ ਜਾਂਦਾ ਹੈ ਆਪਸ਼ਨ ਨੰਬਰ C ਵਿਸ਼ਾਣੂ ਯਾਨੀ ਕਿ ਵਾਇਰਸ ਅੰਜ ਜਿੰਨਾ ਸਾਥੀਆਂ ਨੇ ਵਾਰਡ ਅਟੈਂਡੈਂਟ ਦੇ ਲਈ ਸਪੈਸ਼ਲ ਨੋਟਸ ਲੈਣੇ ਨੇ ਉਹ ਇਸ ਵਟਸਐਪ ਨੰਬਰ ਤੇ ਮੈਸੇਜ ਕਰਕੇ ਨੋਟਸ ਲੈ ਸਕਦਾ ਹੈ ਹਾਂਜੀ ਚਲਦੇ ਹਾਂ ਨੈਕਸਟ ਕੁਐਸਚਨ ਵੱਲ ਆਪਾਂ ਨੈਕਸਟ ਕੁਐਸਚਨ ਦਿੱਤਾ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਲਾਗ ਦਾ ਰੋਗ ਨਹੀਂ ਹੈ ਆਪਾਂ ਦੱਸਣਾ ਹੈ ਲਾਗ ਦਾ ਰੋਗ ਇਹਨਾਂ ਵਿੱਚੋਂ ਕਿਹੜਾ ਨਹੀਂ ਹੈ ਤਾਂ ਇਸ ਕੁਐਸਚਨ ਦਾ ਕਰੈਕਟ ਆਨਸਰ ਹੋ ਜਾਂਦਾ ਜੀ অপਸ਼ਨ ਨੰਬਰ ਸੀ ਮਲੇਰੀਆ ਮਲੇਰੀਆ ਇੱਕ ਲਾਗ ਦਾ ਰੋਗ ਨਹੀਂ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਕੁਐਸਚਨ ਨੰਬਰ 35ਵਾਂ ਦਿੱਤਾ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਸ ਵਿੱਚ ਕਲੋਰੋਫਿਲ ਮੌਜੂਦ ਹੁੰਦੀ ਹੈ ਅਤੇ ਪ੍ਰਕਾਸ਼ ਸਿੰਥੇਸਿਸਸ਼ਨ ਦੀ ਕਿਰਿਆ ਕਰਦਾ ਹੈ ਤਾਂ ਇਸ ਕੁਐਸਚਨ ਦਾ অপਸ਼ਨ ਨੰਬਰ ਬੀ ਆਪਣਾ ਕਰੈਕਟ ਹੋ ਜਾਂਦਾ ਜੀ ਨੀਲੀ ਹਰੀ ਕਾਈ ਹਾਂਜੀ ਨੀਲੀ ਹਰੀ ਕਾਈ ਵਿੱਚ ਕਲੋਰੋਫਿਲ ਮੌਜੂਦ ਹੁੰਦੀ ਹੈ ਤੇ ਇਹ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਕਰਦਾ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਕੁਐਸਚਨ ਨੰਬਰ 36ਵਾਂ ਦਿੱਤਾ ਜੀ ਮਸ਼ਰੂਮ ਇੱਕ ਸ਼ੁਕਮ ਜੀਵਾ ਦੇ ਕਿਸ ਗਰੁੱਪ ਨਾਲ ਸੰਬੰਧਿਤ ਹੈ ਹਾਂਜੀ ਮਸ਼ਰੂਮ ਜਿਹੜਾ ਸ਼ੁਕਮ ਜੀਵਾ ਦੇ ਕਿਸ ਗਰੁੱਪ ਨਾਲ ਸੰਬੰਧਿਤ ਹੈ ਤਾਂ ਇਸ ਕੁਐਸਚਨ ਦਾ ਆਪਣਾ ਕਰੈਕਟ ਆਨਸਰ ਹੋ ਜਾਂਦਾ ਹੈ অপਸ਼ਨ ਨੰਬਰ ਬੀ ਉੱਲੀਆਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਅੱਜ ਦੀ ਕਲਾਸ ਦਾ ਲਾਸਟ ਕੁਐਸਚਨ ਕਰਨ ਜਾ ਰਿਹਾ ਹਾਂ ਸਰੀਰ ਬਿਮਾਰੀਆਂ ਤੋਂ ਬਚਣ ਲਈ ਆਪਣੇ ਅੰਦਰ ਕੀ ਤਿਆਰ ਕਰਦਾ ਹੈ ਹਾਂਜੀ ਚਾਰ ਆਪਸ਼ਨ ਦਿੱਤੇ ਨੇ ਇਸ ਕੁਐਸਚਨ ਦਾ ਆਨਸਰ ਵੀ ਤੁਸੀਂ ਕਮੈਂਟ ਬਾਕਸ 'ਚ ਦੱਸਣਾ ਹੈ ਆਪਸ਼ਨ ਹੈਗਾ ਜੀ ਐਂਟੀਬਾਡੀਜ਼ ਐਂਟੀਡੋਟ ਐਂਟੀਗਲੇਅਰ ਤੇ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਫਰੈਂਡ ਜਿਨ੍ਹਾਂ ਸਾਥੀਆਂ ਨੇ ਵਾਰਡ ਅਟੈਂਡਰ ਲਈ ਸਪੈਸ਼ਲ ਨੋਟਸ ਲੈਣੇ ਨੇ ਉਹ ਸਾਨੂੰ ਇਸ WhatsApp ਨੰਬਰ ਤੇ ਮੈਸੇਜ ਕਰ ਸਕਦੇ ਨੇ ਨੰਬਰ ਹੈਗਾ ਜੀ 97803 96599 ਹਾਂਜੀ ਫਰੈਂਡ ਅੱਜ ਦੀ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਆਪਣੇ ਸਾਥੀਆਂ ਦੇ ਨਾਲ ਸ਼ੇਅਰ ਕਰਿਓ ਜਲਦੀ ਆਪਾਂ ਇਸ ਸੀਰੀਜ਼ ਦਾ ਸੈਕੰਡ ਪਾਰਟ ਲੈ ਕੇ ਆਵਾਂਗੇ ਤੇ ਜਿਹੜੇ ਵੀ ਸਾਥੀ ਨਵੇਂ-ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਜਿਸ ਦੇ ਨਾਲ ਤੁਹਾਨੂੰ ਸਾਡੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਨਾਲ ਮਿਲਦੀ ਰਹੇਗੀ ਹਾਂਜੀ ਮਿਲਦੇ ਹਾਂ ਜੀ ਨੈਕਸਟ ਵੀਡੀਓ 'ਚ ਉਦੋਂ ਤੱਕ ਦੇ ਲਈ ਟੇਕ ਕੇਅਰ